ਬਾਬਾ ਨਾਨਕ ਦੇਵ ਮਹਾਰਾਜ ਹੋਰਾਂ ਦੇ 552ਵੇਂ ਜਨਮ ਦਿਹਾੜੇ ਦੇ ਮੌਕੇ ਉੱਤੇ ਪਾਕਿਸਤਾਨ ਦੇ ਸਭ ਤੋਂ ਵੱਡੇ ਪੰਜਾਬੀ ਰੋਜ਼ਾਨਾ ਅਖਬਾਰ ਭੁਲੇਖਾ ਨੇ ਉਚੇਚੀ ਇਸ਼ਾਅਤ ਦਾ ਆਰ ਕੀਤਾ। ਇਸ ਮੌਕੇ ਉੱਤੇ ਗੁਰੂ ਨਾਨਕ ਦੇਵ ਜੀ ਦੀ ਹਯਾਤੀ ਤੇ ਤਾਲੀਮਾਤ ਬਾਰੇ ਉਚੇਚੇ ਮਜ਼ਮੂਨ ਛਾਪੇ ਗਏ। ਯਾਤਰੀਆਂ ਦਾ ਕਹਿਣਾ ਸੀ ਕਿ ਪਾਕਿਸਤਾਨ ਆ ਕੇ ਗੁਰੂਮੁਖੀ ਵਿੱਚ ਛਪੇ ਅਖਬਾਰ ਨੂੰ ਵੇਖ ਕੇ ਅਹਿਸਾਸ ਹੋਇਆ ਕਿ ਅਸੀਂ ਵਾਕਈ ਗੁਰੂ ਜੀ ਦੇ ਦੁਆਰੇ ਆ ਗਏ ਹਾਂ। ਰੋਜ਼ਵਾਰ ਭੁਲੇਖਾ 30 ਵਰ੍ਹਿਆਂ ਤੋਂ ਛਪਣ ਵਾਲਾ ਇਕੱਲਾ ਪੰਜਾਬੀ ਅਖਬਾਰ ਹੈ ਜਿਹੜਾ ਮੁਹੱਬਤ, ਅਮਨ ਤੇ ਆਸ਼ਤੀ ਦੀ ਤਰਗੀਬ ਦਿੰਦਾ ਹੈ। ਭੁਲੇਖਾ ਅਖਬਾਰ ਦੇ ਚੀਫ ਐਗਜ਼ੈਕਟਿਵ ਮੁਦੱਸਰ ਇਕਬਾਲ ਭੱਟ ਹੋਰੀ ਪੰਜਾਬੀ ਯੂਨੀਅਨ ਦੇ ਵੀ ਚੇਅਰਮੈਨ ਨੇ, ਜਿਹੜੀ 5 ਦਰਿਆਵਾਂ ਦੀ ਰਹਿਤਲ ਤੇ ਬੋਲੀ ਦੇ ਵਧਾਅ ਲਈ ਪੂਰੀ ਦੁਨੀਆਂ ਵਿੱਚ ਕੰਮ ਕਰ ਰਹੀ ਹੈ।